ਅੱਜ ਜਲੰਧਰ ਵੈਸਟ ਦੇ ਬਾਏ ਇਲੈਕਸ਼ਨ ਦਾ ਨਤੀਜਾ ਜਿਹੜਾ ਜਿਹੜੇ ਰੁਝਾਨ ਸ਼ੁਰੂ ਹੋ ਚੁੱਕੇ ਨੇ, ਤੁਹਾਨੂੰ ਦੱਸ ਦਈਏ ਕਿ ਰੁਝਾਨਾਂ ਦੇ ਵਿੱਚ ਕਾਫੀ ਅੱਛੀ ਲੀਡ ਜਿਹੜੀ ਹੈ ਮਹਿੰਦਰ ਭਗਤ ਦਿੰਦੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਕਰਦੇ ਸਾਡੇ ਨਾਲ ਮੁਸਲਿਮ ਭਾਈਚਾਰੇ ਤੋਂ ਨੇ। ਸਰ ਗੱਲ ਕਰੀਏ ਕਿ ਕਾਫੀ ਅੱਛੀ ਲੀਡ ਜਿਹੜੀ ਹੈ ਮਹਿੰਦਰ ਭਗਤ ਦਿੰਦੇ ਹੋਏ ਨਜ਼ਰ ਆ ਰਹੇ ਨੇ, ਕੀ ਕਹੋਗੇ ਇਸ ਤੇ? ਇਹ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਲੜਾ ਹੈ ਔਰ ਆਪ ਸਭੀ ਕੋ ਪਤਾ ਹੈ ਯੇ ਸੱਚ ਔਰ ਝੂਠ ਪਰ ਇਲੈਕਸ਼ਨ ਥਾ, ਯੇ ਭ੍ਰਸ਼ਟਾਚਾਰ ਔਰ ਵਿਕਾਸ ਕੇ ਨਾਮ ਪਰ ਇਲੈਕਸ਼ਨ ਥਾ, ਯੇ ਅੱਛਾਈ ਔਰ ਬੁਰਾਈ ਪਰ ਇਲੈਕਸ਼ਨ ਥਾ। ਆਪ ਸਭੀ ਕੋ ਪਤਾ ਹੈ ਜਿਤਨੇ ਯਹਾਂ ਪੇ ਕੈਂਡੀਡੇਟ ਥੇ ਵੋ ਸੁਰਿੰਦਰ ਕੌਰ ਥੀ, ਵੋ ਚਾਰ ਬਾਰ ਆਪਣੀ ਕੌਂਸਲਰ ਰਹੀ ਹੈ, ਡਿਪਟੀ ਮੇਅਰ ਰਹੀ ਹੈ, ਪਰ ਉਸਨੇ ਆਪਣੇ ਵਾਰਡ ਮੇ ਕੋਈ ਵਿਕਾਸ ਨਹੀਂ ਕਰਾਇਆ। ਯੇ ਲੋਗੋ ਕੋ ਪਤਾ ਥਾ, ਆਜ ਤੱਕ ਕੁਛ ਨਹੀਂ ਕੀਆ, ਪਰ ਹਮਾਰੀ ਆਮ ਆਦਮੀ ਪਾਰਟੀ 2 ਸਾਲ ਸੇ ਆਈ ਹੈ, 2 ਸਾਲ ਮੇ ਜੋ ਜੋ ਕੁਛ ਕੀਆ ਹੈ ਵੋ ਪਬਲਿਕ ਕੇ ਸਾਹਮਣੇ ਵੋ ਛੁਪ ਨਹੀਂ ਸਕਤਾ, ਕਿਉਂਕਿ ਹਮਾਰੀ ਪੰਜਾਬ ਕੀ ਜੋ ਪਬਲਿਕ ਹੈ ਯੇ ਇੱਕ ਇਮਾਨਦਾਰ ਪਾਰਟੀ ਕੋ ਚਾਹਤੀ ਹੈ। ਆਮ ਆਦਮੀ ਪਾਰਟੀ ਕੇ ਜੋ ਕੈਂਡੀਡੇਟ ਥਾ ਮਹਿੰਦਰ ਭਗਤ, ਉਸਕੋ ਸਵੀਕਾਰ ਇਸ ਲਈ ਕੀਆ ਕਿਉਂਕਿ ਯੇ ਇੱਕ ਇਮਾਨਦਾਰ ਪਾਰਟੀ ਕਾ ਕੈਂਡੀਡੇਟ ਥਾ। ਬਾਤ ਕਰ ਲੈ ਕਿ ਇੱਕ ਪੈਨ ਡਰਾਈਵ ਕੀ ਕਾਫੀ ਬਾਤ ਕਰ ਰਹੇ ਥੇ ਸ਼ੀਤਲ ਉਮਰਾਲ, ਕਿਆ ਲੱਗਦਾ ਕਿ ਉਹ ਪੈਨ ਡਰਾਈਵ ਫੇਲ ਹੋ ਗਈ? ਅਰੇ ਪੈਨ ਡਰਾਈਵ ਕੋਈ ਥੀ ਕੁਛ ਨਹੀਂ, ਉਨਕੇ ਪਾਸ ਥੀ ਕੁਛ ਨਹੀਂ, ਉਹ ਤਾਂ ਇੱਕ ਮਾਹੌਲ ਬਣਾਉਣਾ ਚਾਹਤੇ ਥੇ, ਵੋ ਉਨਸੇ ਨਹੀਂ ਬਣਾ, ਵੋ ਉਸਕੇ ਉੱਪਰ ਉਲਟਾ ਪੜ ਗਿਆ, ਵੋ ਪਬਲਿਕ ਨੇ ਬਤਾ ਦਿਆ ਹਾਂ ਤੁਹਾਡੇ ਪਾਸ ਕਿਆ ਹੈ ਔਰ ਆਮ ਆਦਮੀ ਪਾਰਟੀ ਕੇ ਪਾਸ ਕਿਆ ਹੈ। ਆਮ ਆਦਮੀ ਪਾਰਟੀ ਸੱਚੀ ਪਾਰਟੀ ਹੈ, ਵੋ ਵਿਕਾਸ ਕਰਨਾ ਚਾਹਤੀ ਹੈ, ਵੋ ਹਮਾਰੇ ਸੀਐਮ ਕੇ ਉੱਪਰ ਜਾਂ ਕਿਸੇ ਕੇ ਉੱਪਰ ਅਲੀਗੈਂਸ ਲਗਾ ਕੇ ਕੋਈ ਵੋਟ ਥੋੜੇ ਦੇਦੇਗੀ ਪਬਲਿਕ, ਪਬਲਿਕ ਤਾਂ ਜਾਣਦੀ ਹੈ ਆਮਾਨ ਸਰਕਾਰ ਯਹਾਂ ਕਿਆ ਦੇ ਰਹੀ ਹੈ ਪਬਲਿਕ ਕੋ। 2 ਸਾਲ ਕੇ ਅੰਦਰ ਜੋ ਵਿਕਾਸ ਪੰਜਾਬ ਮੇ ਹੁਆ ਨਾ, ਵੋ 70 ਸਾਲੋਂ ਮੇ ਨਹੀਂ ਹੁਆ, 2 ਸਾਲੋਂ ਕਾ ਵਿਕਾਸ 70 ਸਾਲੋਂ ਕੇ ਉੱਪਰ ਭਾਰੀ ਪੜਾ ਹੈ। ਇਸ ਲਈ ਆਮ ਆਦਮੀ ਪਾਰਟੀ ਕੋ ਯਹਾਂ ਬਹੁਤ ਬੜੀ ਲੀਡ ਕੇ ਸਾਥ ਮਹਿੰਦਰ ਭਗਤ ਕੋ ਪਬਲਿਕ ਨੇ ਜਿਤਾ ਕਰ ਵਿਧਾਨ ਸਭਾ ਭੇਜਾ ਹੈ। ਇਸ ਕੇ ਲਈ ਮੈਂ ਜਿਤਨੀ ਵੈਸ ਕੀ ਜਨਤਾ ਹੈ ਉਨਕਾ ਸ਼ੁਕਰੀਆ ਅਦਾ ਕਰਨਾ ਚਾਹਤਾ ਹੂੰ, ਬਹੁਤ ਬਹੁਤ ਸ਼ੁਕਰੀਆ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ, ਪਹਿਲੇ ਮਾਹੌਲ ਦਿਖਾ ਦਿੰਦੇ ਆ। ਜਿਹੜੇ ਝੰਡੇ ਜਿਹੜੇ ਆ ਇੱਥੇ ਲਿਆਂਦੇ ਗਏ ਨੇ ਔਰ ਲੋਕ ਜਿਹੜੇ ਆ ਨੱਚਦੇ ਹੋਏ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਦੇ ਝੰਡੇ ਜਿਹੜੇ ਇੱਥੇ ਲਿਆਂਦੇ ਗਏ, ਪੂਰੇ ਜਸ਼ਨ ਦਾ ਮਾਹੌਲ ਹੈ ਜਿਹੜਾ ਇੱਥੇ ਬਣਿਆ ਹੋਇਆ, ਪੂਰੇ ਵਰਕਰਾਂ ਦੇ ਵਿੱਚ ਜਸ਼ਨ ਹੈ, ਤੁਸੀਂ ਦੇਖ ਸਕਦੇ ਹੋ। ਗੱਲਬਾਤ ਕਰਨ ਦੀ ਹੋਰ ਵੀ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗੇ, ਕਾਫੀ ਵਰਕਰਾਂ ਦੇ ਵਿੱਚ ਜਿਹੜਾ ਜੋਸ਼ ਦੇਖਣ ਨੂੰ ਮਿਲ ਰਿਹਾ, ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਵਰਕਰ ਨੇ ਇੱਥੇ ਗੱਲਬਾਤ ਕਰਦੇ ਆ। ਸਰ ਕੀ ਲੱਗਦਾ ਅੱਜ ਮਹਿੰਦਰ ਭਗਤ ਕਾਫੀ ਅੱਛੀ ਲੀਡ ਨਾਲ ਅੱਗੇ ਨਿਕਲ ਰਹੇ ਨੇ? ਲੀਡ ਤੇ ਜਿੱਤ ਕੇ ਗਏ ਆ ਜੀ, ਉਹਨਾਂ ਦਾ ਜਿਹੜਾ ਸਲੂਕ ਸੀ, ਜਿਹੜਾ ਪਿਆਰ ਸੀ, ਲੋਕਾਂ ਨੇ ਪਿਆਰ ਦਿਖਾਇਆ ਔਰ ਵਾਕਈ ਪਿਆਰ ਦਿਖਾਉਣ ਚ ਇੰਨੀ ਪਬਲਿਕ ਇਕੱਠੀ ਹੋਈ ਆ ਜਿਹੜਾ ਕਿ ਜਿੱਤ ਕਾਇਮ ਵਧੀਆ ਹੋ ਗਈ ਆ ਔਰ ਆਉਣ ਵਾਲੇ ਟਾਈਮ ਚ ਮੰਤਰੀ ਸਾਹਿਬ ਬਣ ਗਏ, ਜਿਹੜਾ ਵਿਕਾਸ ਰਹਿੰਦਾ ਉਹ ਕੱਲੇ ਕੱਲੇ ਜਾ ਕੇ ਐਨ ਪੂਰਾ ਕਰਕੇ ਦੇ। ਵੈਸਟ ਚ ਤਾਂ ਕਾਫੀ ਵਿਕਾਸ ਹੋਣ ਵਾਲਾ, ਬਹੁਤ ਹੋਣ ਵਾਲਾ ਜੀ, ਹੁਣ ਹੋਊਗਾ ਕਿਉਂਕਿ ਜਿਹੜੇ ਪਹਿਲੇ ਉਹ ਛੱਡ ਗਏ ਨੇ। ਨਸ਼ੇ ਦੇ ਰੋਕ ਲੱਗੇਗੀ? ਨਸ਼ੇ ਤੇ ਰੋਕ ਲੱਗੇਗੀ, ਬਿਲਕੁਲ 100% ਲੱਗੇਗੀ। ਜਿਹੜਾ ਨਸ਼ਾ ਜਾਂ ਦੜਾ ਸੱਟਾ ਜਾਂ ਲਾਟਰੀਆਂ ਇਹ ਪਹਿਲੇ ਨੰਬਰ ਤੇ ਬੰਦ ਹੋਈ। ਜਿਹੜਾ ਸ਼ੀਤਲ ਉਮਰਾਲ ਇੱਕ ਪੈਨ ਡਰਾਈਵ ਲੈ ਕੇ ਘੁੰਮ ਰਹੇ ਸੀਗੇ, ਕੋਕਲੀ ਨਿਕਲੀ? ਉਹ ਸਾਰੇ ਤਾਂ ਬੰਦੇ ਖੱਪ ਪਾਉਂਦੇ ਹੁੰਦੇ ਆ, ਜੇ ਹੁੰਦਾ ਤਾਂ ਦੇ ਦੇ, ਜੇ ਹੈ ਹੀ ਨਹੀਂ ਸਮਾਂ ਕਿ ਠੀਕ ਹੈ ਕਿ ਨਹੀਂ। ਇਸ ਦੇ ਢੋਲ ਤਾਸ਼ਿਆਂ ਦੇ ਨਾਲ ਜਿਹੜਾ ਪ੍ਰੋਪਰ ਜਿਹੜਾ ਜਸ਼ਨ ਮਨਾਇਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਨਾਲ ਇੱਥੇ ਸਾਬਕਾ ਕੌਂਸਲ
ਸਰ ਗੱਲ ਕਰੀਏ ਕਿ ਤੁਸੀਂ ਪਹਿਲੇ ਬੀਜੇਪੀ ਚ ਵੀ ਗਏ, ਕਾਂਗਰਸ ਛੱਡ ਬੀਜੇਪੀ ਚ ਗਏ, ਫਿਰ ਆਮ ਆਦਮੀ ਪਾਰਟੀ ਚ ਵਾਪਸ ਆਏ ਹੋ, ਸੁਸ਼ੀਲ ਕੁਮਾਰ ਰਿੰਕੂ ਨਾਲ ਕਾਫੀ ਤੁਹਾਡਾ ਪਿਆਰ ਹੈ, ਫਿਰ ਵੀ ਤੁਸੀਂ ਆਮ ਆਦਮੀ ਪਾਰਟੀ ਜਾਇਓ, ਕੀ ਲੱਗਦਾ ਜਿਹੜੇ ਮਹਿੰਦਰ ਭਗਤ ਦੇ ਨਾਲ ਅੱਜ ਲੀਡ ਜਿੱਤੀ ਹੈ, ਕੀ ਲੱਗਦਾ? ਮੈਂ ਗੱਲ ਕਰ ਰਿਹਾ ਕਿ ਪਾਰਟੀ ਦੀ ਗੱਲ ਮੈਂ ਦੇਖਿਆ ਕਿ ਬੰਦੇ ਦੀ ਹੈ, ਮਹਿੰਦਰ ਭਗਤ ਜੀ ਇੱਕ ਬਹੁਤ ਹੀ ਸ਼ਰੀਫ ਔਰ ਇਮਾਨਦਾਰ ਦੇਖਦੇ ਇਨਸਾਨ ਸੀਗੇ, ਕਿਉਂਕਿ ਪਾਰਟੀਆਂ ਦੇ ਵਿੱਚ ਪਾਰਟੀਆਂ ਦੇ ਨਾਲੋਂ ਆਮ ਆਦਮੀ ਪਾਰਟੀ ਨੂੰ ਇੱਕ ਬੰਦੇ ਦਾ ਜਿਹੜਾ ਕਿਰਦਾਰ ਆ ਉਹ ਜ਼ਿਆਦਾ ਬਿਹਤਰ ਦੇਖਿਆ ਜਾਂਦਾ ਹੈ। ਔਰ ਅਸੀਂ ਜੇ ਦੇਖਿਆ ਕਿ ਸਾਡੇ ਜਿਹੜੇ 2.5 ਸਾਲ ਜਿਹੜੇ ਖਰਾਬ ਹੋਏ ਆ, ਮੈਂ ਨਹੀਂ ਚਾਹੁੰਦਾ ਕਿ ਸਾਡੇ ਜਿਹੜੇ ਇਲਾਕੇ ਦਾ ਵਿਕਾਸ ਜਿਹੜਾ ਉਹ ਇਸੇ ਤਰ੍ਹਾਂ ਰਵੇ। ਔਰ ਜਿਹੜੇ ਮੈਂ ਸੋਚਦਾ ਸੀ ਕਿ ਅਸੀਂ 2.5 ਸਾਲ ਜਿਹੜੇ ਅਸੀਂ ਸਾਰੇ ਮੈਂ ਜੋ ਕੰਪੇਅਰ ਕੀਤੀ ਬੈਸਟ ਹਲਕੇ ਦੇ ਪੂਰੇ ਦੇ ਵਿੱਚ, ਜਿਹੜੇ 2.5 ਸਾਲ ਸਾਡੇ ਖਰਾਬ ਹੋਏ ਆ, ਅਸੀਂ ਮਹਿੰਦਰ ਭਗਤ ਜਿਤਾ ਕੇ ਜਿਹੜੇ ਬਾਕੀ ਦੇ 2.5 ਸਾਲ ਆ ਜਿਹੜੇ ਕੰਮ ਰੁਕੇ ਹੋਏ ਸੀਗੇ, ਸੀਐਮ ਸਾਹਿਬ ਦੇ ਭਗਵੰਤ ਜੀ ਮਾਨ ਜੀ ਦੇ ਹੱਥ ਮਜ਼ਬੂਤ ਕਰਕੇ ਅਸੀਂ ਉਹਨਾਂ ਨੂੰ ਪੂਰੀ ਤਾਕਤ ਦੀ ਹੈ ਕਿ ਤਾਂ ਜੋ ਅਸੀਂ ਪਿਛਲੇ ਵਾਰੀ ਜਿਹੜੇ 2.5 ਸਾਲ ਆ ਉਹ ਰਹਿੰਦੇ ਆ ਉਹਨਾਂ ਦਾ ਵਿਕਾਸ ਕਰ ਸਕੀਏ। ਇਸੇ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਜੁਆਇਨ ਕਰਕੇ ਅਸੀਂ ਸਾਰਿਆਂ ਜਣਿਆਂ ਨੇ ਇਹੀ ਮੰਨ ਪਾਇਆ ਸੀ ਕਿ ਅਸੀਂ ਮਹਿੰਦਰ ਭਗਤ ਜੀ ਜਿਤਾਉਣਾ ਔਰ ਜਿਹੜੇ ਕੰਮ ਪਏ ਆ ਉਹ ਪੂਰੇ ਕਰਾਉਣੇ। ਤੁਸੀਂ ਮੈਂ ਕੀ ਦੇਖਿਆ ਕਿ ਸਾਰੇ ਪ੍ਰੈਸ ਵਾਲਿਆਂ ਨੇ ਵੀ ਲੋਕਾਂ ਨੇ ਵੀ ਜਿਹੜੇ ਕਿ ਬੜੇ ਆਸ ਲੈ ਕੇ ਆਏ ਸੀ ਕਿ ਸ਼ਾਇਦ ਉਸ ਪੈਨ ਡਰਾਈਵ ਚੋਂ ਕੁਛ ਹੋਏਗਾ, ਪਰ ਸਾਰੇ ਵਿਚਾਰੇ ਦੇਖਿਆ ਕਿ ਉਹ ਠੱਗੇ ਠੱਗੇ ਮਹਿਸੂਸ ਕਰਦੇ ਸੀ, ਸਾਡੇ ਜਿਹੜੇ ਵੱਡੇ ਲੀਡਰ ਬੀਜੇਪੀ ਦੇ ਲੀਡਰ ਵੀ ਸੀਗੇ ਉਹ ਵੀ ਸੋਚਦੇ ਸੀ ਕੁਛ ਨਾ ਕੁਛ ਹੋਏਗਾ, ਪਰ ਜਦੋਂ ਜਸ਼ਨ ਆਮ ਆਦਮੀ ਪਾਰਟੀ ਵੱਲੋਂ ਮਨਾਇਆ ਜਾ ਰਿਹਾ। ਜੁੜੇ ਰਹੋ ਤੇਲਗਾ ਪੰਜਾਬੀ ਟੀਵੀ ਦੇ ਨਾਲ।